ਪਹਿਲਾਂ ਪਾਗਲ ਥੀ ਏ ਪਾਗਲ ਥੀ ਏ ਪਾਗਲ ਥੀ ਉਹਨੂੰ ਕੋ ਬਚ ਕੇ ਰਹੀ ਪਾਗਲ ਥੀ ਤਾਂ ਡੀਜੇ 'ਤੇ ਨੱਚਦੇ ਸਮੇਂ ਬਜ਼ੁਰਗ ਦੀ ਲੜਾਈ ਹੋ ਜਾਂਦੀ ਹੈ। ਦਰਅਸਲ ਬਜ਼ੁਰਗ ਦਾ ਰਿਸ਼ਤੇਦਾਰ ਡੀਜੇ 'ਤੇ ਲੋਕਾਂ ਦੇ ਨਾਲ ਨੱਚ ਰਿਹਾ ਹੁੰਦਾ ਹੈ, ਜਿਹੜੇ ਹੋਰ ਲੋਕ ਵਿਆਹ ਸਮਾਗਮ ਅਟੈਂਡ ਕਰਨ ਆਏ ਹੁੰਦੇ ਨੇ, ਤਾਂ ਉਸਦੀ ਲੜਾਈ ਹੋ ਜਾਂਦੀ ਹੈ। ਯਾਨੀ ਕਿ ਇਸ ਬਜ਼ੁਰਗ ਦਾ ਜਿਹੜਾ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਸਦੀ ਪੱਗ ਖੁੱਲ੍ਹੀ ਹੋਈ ਦਿਖ ਰਹੀ ਹੋਵੇਗੀ, ਉਸਦੇ ਜਵਾਈ ਦੀ ਕਿਸੇ ਨਾਲ ਲੜਾਈ ਹੋ ਜਾਂਦੀ ਹੈ। ਸਮਝਾਉਣ ਗਏ ਬਜ਼ੁਰਗ ਨੂੰ ਅੱਗਿਓਂ ਨੌਜਵਾਨ ਟੁੱਟ ਕੇ ਪੈ ਜਾਂਦੇ ਨੇ ਅਤੇ ਕੁੱਟਮਾਰ ਕਰਦੇ ਨੇ, ਜਿਸ ਤੋਂ ਬਾਅਦ ਉਹਨਾਂ ਦੀ ਪੱਗ ਵੀ ਉਤਾਰੀ ਗਈ ਹੈ। ਤਾਂ ਗੁਰੂ ਨਗਰੀ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ, ਆਓ ਜਥੇਬੰਦੀ ਦਾ ਅਤੇ ਇਹਨਾਂ ਸਿੱਖ ਪਰਿਵਾਰਾਂ ਦਾ ਕੀ ਕਹਿਣਾ ਹੈ, ਕੀ ਗੱਲ ਹੋਈ ਸੀ ਵਿਆਹ ਦੇ ਵਿੱਚ, ਜਾਣਦੇ ਹਾਂ। ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਜੋ ਹੱਡਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ। ਸੋ ਹੋਇਆ ਕੀ ਸੀ ਕਿ ਜੇ ਅਸੀਂ ਆਪਣੀ ਮੇਰੀ ਸਿਸਟਰ ਦੀ ਨਨਾਣ ਦੀ ਮੈਰਿਜ ਸੀਗੀ, ਉੱਥੇ ਆਏ ਸੀਗੇ। ਉੱਥੇ ਚਲੋ ਡੀਜੇ ਵਾਲਿਆਂ ਨਾਲ ਥੋੜ੍ਹਾ ਬਹੁਤ ਝਗੜਾ ਝੁਗੜਾ ਹੋਇਆ, ਉਹਨਾਂ ਨੇ ਉਹਨਾਂ ਦਾ ਸ਼ਰਾਬਾ ਵਗੈਰਾ ਪੀਤੀ ਸੀਗੀ। ਮੰਗਾ ਮਸੀਹ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ, ਔਰ ਇੱਕ ਜਸ਼ਨ ਸੀਗਾ, ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ। ਠੀਕ ਹੈ ਜੀ, ਅਸੀਂ ਲੜਾਈ ਛੁਡਵਾਈ ਹੈ। ਅਸੀਂ ਲੜਾਈ ਛੁਡਵਾਉਣ ਦੇ ਵਿੱਚ ਹੀ ਗਲਤ ਹੋ ਗਏ ਅਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਹਿਨਾਈ ਪੈਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪੱਗ ਲਾਈ ਹੈ, ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਬਖਸ਼ੀ ਹੈ। ਠੀਕ ਹੈ ਜੀ, ਪੱਗ ਲਾਈ ਹੈ। ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀਏ ਤਾਂ ਅਸੀਂ ਗਲਤ ਹਾਂ, ਅਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੇ ਉਹਨਾਂ ਦੇ ਵੱਜ ਜਾਂਦੇ, ਅਸੀਂ ਤਾਂ ਵੀ ਗਲਤ ਹੋਣਾ ਸੀਗਾ। ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ। ਮੇਰਾ ਨਾਂ ਹੈ ਜਸਵੀਰ ਸਿੰਘ ਆ, ਪਿੰਡ ਮੇਘਾ ਮੇਰਾ, ਇੱਥੇ ਮਜੀਠਾ ਰੋਡ 'ਤੇ ਮੇਰੀ ਬੇਟੀ ਵਿਆਹੀ ਆ, ਉਹਦੀ ਨਨਾਣ ਦੀ ਅੱਜ ਮੈਰਿਜ ਸੀ ਅਤੇ ਮੈਂ ਉੱਥੇ ਸਗਨ 'ਤੇ ਆਇਆ। ਅਤੇ ਮੇਰੀ ਇਸ ਸਹਿਨਾਈ ਪਹਿਲੇ ਮਹਾਰਾਜ ਇੱਥੇ ਮੀਠਾ ਰੋਡ 'ਤੇ ਬੱਬੇ, ਅਤੇ ਮੇਰੀ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਕਾ ਉਹ ਝਗੜਾ ਕਰ ਰਿਹਾ ਸੀ, ਅਤੇ ਮੈਂ ਇਹਨਾਂ ਨੂੰ ਛਦਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ। ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ 'ਤੇ ਕਰਦਾ, ਚਾਚਾ ਇਹਦਾ ਉੱਤੋਂ ਹੀ ਘੁੰਮ ਗਿਆ ਪੌੜੀਆਂ ਥਾਣੀ, ਪਿੱਛੋਂ ਦੀ ਆ ਕੇ ਮੇਰੇ ਇੱਥੋਂ ਦਸਤਾਰ ਖਿੱਚ ਕੇ ਬੜੇ ਜ਼ੋਰ ਦੇ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਤਾ। ਬਾਅਦ 'ਚ ਮੇਰੇ ਕੋਲ ਜੇ ਅਸੀਂ ਇੱਥੋਂ ਆਪਣੇ ਸ਼ਸਤਰ ਕੱਢੀਏ ਫਿਰ ਅਸੀਂ ਉੱਥੇ ਗਲਤ ਹੋ ਜਾਂਦੇ ਹਾਂ। ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ, ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗਲਤੀ, ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਕੇ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ। ਇਹਦਾ ਨਾਂ ਹੈਗਾ ਜੇ ਮੰਗਾ ਬਖਸ਼ੀਦ ਮਸੀਹ, ਛਿਆਟੇ ਦਾ ਰਹਿਣ ਵਾਲਾ ਜੇ। ਇਹਦੇ ਬੇਟੇ ਦਾ ਨਾਂ ਜੇ ਪ੍ਰਿੰਸ, ਇੱਕ ਇਹਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਮੋਹਿਤ, ਅਤੇ ਇੱਕ ਹੈਗਾ ਜੇ ਤੁਹਾਡਾ ਕੋਈ ਹੋਰ ਉਹਦੇ ਨਾਲ ਇਹਦੇ ਜਸ਼ਨ, ਚਾਰ ਬੰਦੇ ਹੋਰ ਹਨ ਪਛਾਣਦੇ ਇਹਨਾਂ ਦੇ ਨਾਲ। ਇਹਨਾਂ ਰੱਜ ਗਏ। ਹਾਂਜੀ, ਝਗੜਾ ਕਿਸ ਗੱਲ 'ਤੇ? ਝਗੜਾ ਬਾਬਾ ਜੀ ਇਹਨਾਂ ਦੇ, ਮੇਰੇ ਇਹਨਾਂ ਤੋਂ ਕੋਈ ਗੱਲ ਹੀ ਨਹੀਂ ਆ। ਮੇਰੇ ਤੇ ਬੇਨਜਾਇਜ਼, ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਜੀ, ਮੇਰੇ ਬਿਲਕੁਲ ਬੇਨਜਾਇਜ਼ ਨੇ, ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਸੁੱਟਤਾ ਵਿੱਚੇ। ਤੁਸੀਂ ਝਗੜਾ ਛਡਾ ਰਹੇ? ਅਸੀਂ ਛਡਾ ਰਹੇ ਬਾਬਾ ਜੀ, ਬਸ ਉਹਦੇ 'ਚ ਪੁੱਛ ਸਕਦੇ ਜਿਹਨੂੰ ਮਰਜ਼ੀ। ਡੀਜੇ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਦੀ, ਉਹਦੇ ਹੱਥੀ ਪਾਈ ਹੋਣ ਡੇ, ਅਸੀਂ ਤਾਂ ਕੋਈ ਗੱਲ ਬੁਲਾਉਂਦੇ ਵੀ ਨਹੀਂ ਉਹਨਾਂ ਨੂੰ ਬਾਬਾ ਜੀ। ਠੀਕ ਹੈ, ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ? ਕੰਪਲੇਂਟ ਬਾਬਾ ਜੀ ਇੱਥੇ ਦਰਖਾਸਤ ਦਿੱਤੀ ਆ, ਅੱਗੇ ਕਾਰਵਾਈ ਹੈ, ਜੋ ਬਣਦੀ ਉਹ ਕਰਨਗੇ। ਪੁਲਿਸ ਵੱਲੋਂ ਕੀ ਕਿਹਾ ਗਿਆ? ਪੁਲਿਸ ਵੱਲੋਂ ਕਿਹਾ ਗਿਆ ਜੀ ਅਸੀਂ ਜੋ ਵੇਖੋ ਕਾਨੂੰਨੀ ਕਾਰਵਾਈ ਹੋਏਗੀ ਇਹਨਾਂ ਨਾਲ ਪੂਰੀ ਕਰਾਂਗੇ ਇਹਨਾਂ ਦੀ। ਠੀਕ ਹੈ ਜੀ, ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ ਮਿਲਣਾ ਚਾਹੀਦਾ। ਸਰ ਮੇਰੀ ਜਿਹੜੀ ਸਟਾਰ ਲੱਗੀ ਆ ਤੇ ਮੈਨੂੰ ਤਾਂ ਇਹ 40 ਦਿਨ ਵੀ ਨੂੰ ਇਹ ਪਾਣਾ ਪਾਏ ਦੇ ਨੂੰ, ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਇਹਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਗੀ ਦੇ ਨਾਲ। ਦਰਖਾਸਤ ਲੈ ਲਈ ਆ ਡਿਊਟੀ ਅਫਸਰ ਨੇ, ਜੋ ਬਣਦੀ ਕਾਰਵਾਈ ਅਮਲ ਵਿੱਚ ਲੈਂਦੀ ਹੋਊਗੀ ਜੀ, ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ।